ਅਸੀਂ ਬੈਠੇ ਹਾਂ ਜਿਹੜੀ ਮੈਂ ਗੱਲ ਕੀਤੀ ਸੀ ਕੁਝ ਨਾ ਕੁਝ ਤਾਂ ਇੱਕ ਦੂਜੇ ਕੋਲ ਸਿੱਖਾਂਗੇ ਨਾ ਹੁਣ ਇਹ ਸਿੱਖਣਾ ਕਿਵੇਂ ਇਸੇ ਤਰ੍ਹਾਂ ਗੁਰੂ ਦੀ ਗੋਦ ਦੇ ਵਿੱਚ ਬਹਿ ਕੇ ਅਸੀਂ ਸਾਹਮਣੇ ਬੈਠ ਕੇ ਕਿਸੇ ਸਮੇਂ ਕੁਝ ਸਾਡੀਆਂ ਸਮਾਜਿਕ ਜਾਂ ਧਾਰਮਿਕ ਲੋੜਾਂ ਸੀ ਉਹਨਾਂ ਲੋੜਾਂ ਦੇ ਵਿੱਚੋਂ ਇੱਕ ਚੀਜ਼ ਦਾ ਜਨਮ ਹੋਇਆ ਕਿ ਸੰਗਤ ਇਕੱਠੀ ਬੈਠ ਕੇ ਸ਼ਬਦ ਚੌਂਕੀ ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਸੰਗਤ ਇਕੱਠੀ ਬੈਠ ਕੇ ਕੀਰਤਨ ਕਰੇ ਤੇ ਸੰਗਤ ਇਕੱਠੀ ਬੈਠ ਕੇ ਗੁਰੂ ਦਾ ਜਸ ਗਾਵੇ ਇੱਕ ਸਮੇਂ ਦੀ ਲੋੜ ਦੇ ਵਿੱਚੋਂ ਇਸ ਚੀਜ਼ ਦਾ ਜਨਮ ਹੋਇਆ ਹੁਣ ਮੈਂ ਬਹੁਤ ਥਾਵਾਂ ਤੇ ਵੇਖਦਾ ਈਵਨ ਸਾਡੇ ਪਿੰਡਾਂ ਦੇ ਵਿੱਚ ਵੀ ਇਹ ਗੱਲ ਬਹੁਤ ਜ਼ਿਆਦਾ ਕਿ ਜਿੰਨਾ ਪੈਸਾ ਅਸੀਂ ਨਗਰ ਕੀਰਤਨਾਂ ਦੇ ਉੱਪਰ ਬਰਬਾਦ ਕਰ ਦਿੰਦੇ ਹਾਂ ਉਹਦੇ ਵਿੱਚੋਂ ਪ੍ਰਾਪਤੀ ਬੜੀ ਘੱਟ ਨਿਕਲਦੀ ਹੈ ਪਰ ਜੇਕਰ ਅਸੀਂ ਇਸ ਤਰ੍ਹਾਂ ਦੇ ਸਮਾਗਮ ਕਰੀਏ ਖਾਸ ਕਰਕੇ ਜਿਸ ਤਰ੍ਹਾਂ ਇਹਨਾਂ ਬੱਚਿਆਂ ਦੇ ਵਾਸਤੇ ਉਦਮ ਉਪਰਾਲਾ ਕੀਤਾ ਗਿਆ ਤੇ ਸਾਡੀ ਜਿਹੜੀ ਭਵਿੱਖ ਦੀ ਪੀੜ੍ਹੀ ਹੈ ਇਹ ਉਹਦੀ ਸੰਭਾਲ ਹੈ ਔਰ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਮੈਂ ਕਈ ਵਾਰੀ ਵੇਖਦਾ ਸਾਡੇ ਪਿੰਡਾਂ ਦੇ ਵਿੱਚ ਵੀ ਪੂਰਾ ਦਿਨ ਨਗਰ ਕੀਰਤਨ ਨਿਕਲਦਾ ਹੈ ਕਿਉਂਕਿ ਪੁਰਾਣੇ ਬਜ਼ੁਰਗ ਕਹਿੰਦੇ ਨੇ ਕਿ ਜਿਸ ਤਰ੍ਹਾਂ ਚੱਲਦੀ ਆ ਰਹੀ ਸੀ ਅਸੀਂ ਉਸੇ ਤਰ੍ਹਾਂ ਚਲਾ ਰਹੇ ਹਾਂ ਪਰ ਉਹਦੇ 'ਚ ਹੁੰਦਾ ਕੀ ਹੈ ਕਿ ਆ ਜਾ ਕੇ ਸਾਰਾ ਦਿਨ ਅਸੀਂ ਗੁਰੂ ਸਾਹਿਬ ਦੇ ਸਰੂਪ ਨੂੰ ਲੈ ਕੇ ਪਿੰਡ 'ਚ ਤੇ ਘੁੰਮਦੇ ਹਾਂ ਪਰ ਨਾ ਤਾਂ ਕਿਤੇ ਕੋਈ ਪ੍ਰਸੰਗ ਪੂਰਾ ਸੁਣਾਇਆ ਜਾਂਦਾ ਨਾ ਇਤਿਹਾਸ ਸੁਣਾਇਆ ਜਾਂਦਾ ਪਰ ਜੇਕਰ ਅਸੀਂ ਹਰ ਪੁਰਬ ਇਸ ਤਰ੍ਹਾਂ ਮਨਾਈਏ ਜਿਸ ਤਰ੍ਹਾਂ ਦੀ ਤੁਸੀਂ ਮਨਾ ਰਹੇ ਹੋ ਗੁਰੂ ਨਾਨਕ ਸਾਹਿਬ ਨੂੰ ਸਮਰਪਿਤ ਤਾਂ ਮੈਨੂੰ ਇਸ ਚੀਜ਼ ਨੂੰ ਵੇਖ ਕੇ ਬਹੁਤ ਖੁਸ਼ੀ ਹੋਈ ਹੈ ਕਿਉਂਕਿ ਕਿਤੇ ਨਾ ਕਿਤੇ ਹੁਣ ਜਦੋਂ ਅਸੀਂ ਕਹਿੰਦੇ ਹਾਂ ਕਿ ਫਿਰ ਜਿਹੜੇ ਨਗਰ ਕੀਰਤਨ ਜਾਂ ਪ੍ਰਭਾਤ ਫੇਰੀਆਂ ਇਹਨਾਂ ਦਾ ਕੋਈ ਇਤਿਹਾਸ ਵੀ ਤਾਂ ਹੋਵੇਗਾ ਨਾ ਤੁਸੀਂ ਉਹਨੂੰ ਰੱਦ ਵੀ ਨਹੀਂ ਕਰ ਸਕਦੇ ਪਰ ਇਹਦੇ ਪਿਛੋਕੜ ਨੂੰ ਵੇਖਣਾ ਬਹੁਤ ਜ਼ਰੂਰੀ ਅਸੀਂ ਅਰਦਾਸ ਦੇ ਵਿੱਚ ਇੱਕ ਗੱਲ ਪੜ੍ਹਦੇ ਹਾਂ ਜੀ ਕਿ ਗੁਰੂ ਕੇ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਹੁਣ ਚੌਂਕੀ ਸ਼ਬਦ ਚੌਂਕੀ ਆ ਮੂਲ ਰੂਪ ਦੇ ਵਿੱਚ ਸੰਸਕ੍ਰਿਤ ਦਾ ਤੇ ਉਸਦਾ ਭਾਵ ਹੁੰਦਾ ਹੈ ਕਿ ਕੁਛ ਜਾਣਿਆਂ ਦਾ ਸਮੂਹ ਜਿਹੜਾ ਪਹਿਰੇਦਾਰੀ ਕਰਦਾ ਹੈ ਇਸੇ ਕਰਕੇ ਪੁਲਿਸ ਦੀ ਵੀ ਜਿਹੜੀ ਛੋਟੀ ਇਕਾਈ ਹੁੰਦੀ ਪਿੰਡ ਦੇ ਵਿੱਚ ਅਸੀਂ ਕਹਿ ਦਿੰਦੇ ਪਿੰਡ ਦੇ ਵਿੱਚ ਚੌਂਕੀ ਹੈ ਉਸਦਾ ਭਾਵ ਹੁੰਦਾ ਪਹਿਰੇਦਾਰੀ ਜਿਹੜੀ ਸਿੱਖ ਦੀ ਪਹਿਰੇਦਾਰੀ ਹੈ ਉਹ ਦੋ ਤਰ੍ਹਾਂ ਦੀ ਹੈ ਸਿੱਖ ਨੇ ਸ਼ਬਦ ਪੜ੍ਹਨਾ ਹੈ ਕਿ ਮਨ ਵਿਕਾਰਾਂ ਤੋਂ ਰੁਕਿਆ ਰਵੇ ਤੇ ਸਿੱਖ ਨੇ ਜਾਗ੍ਰਿਤ ਰਹਿਣਾ ਹੈ ਕਿ ਤੁਸੀਂ ਦੁਸ਼ਮਣ ਤੋਂ ਸਚੇਤ ਰਹੋ ਇਸ ਕਰਕੇ ਚੌਂਕੀ ਦੇ ਦੋ ਰੂਪ ਹੁੰਦੇ ਨੇ ਤੇ ਚੌਂਕੀ ਦੀਆਂ ਜਿਹੜੀਆਂ ਕਿਸਮਾਂ ਨੇ ਸਾਡੇ ਇਤਿਹਾਸ 'ਚ ਤਿੰਨ ਲਿਖੀਆਂ ਗਈਆਂ ਨੇ ਇੱਕ ਸ਼ਬਦ ਚੌਂਕੀ ਇੱਕ ਇਤਿਹਾਸ ਚੌਂਕੀ ਇੱਕ ਯਾਤਰਾ ਚੌਂਕੀ ਇਹਨਾਂ ਤਿੰਨਾਂ ਦਾ ਜ਼ਿਕਰ ਸਰਦਾਰ ਜਸਵੰਤ ਸਿੰਘ ਹੁਣਾਂ ਨੇ ਕੀਤਾ ਹੈ ਦਰਬਾਰ ਸਾਹਿਬ ਸ਼ਬਦ ਚੌਂਕੀ ਹੁੰਦੀ ਹੈ ਜੇਕਰ ਤੁਸੀਂ ਜਿਹੜੇ ਸਾਡੇ ਇਤਿਹਾਸ ਦੇ ਸਰੋਤ ਨੇ ਸਰਦਾਰ ਕਿਰਪਾਲ ਸਿੰਘ ਹੁਣਾਂ ਨੂੰ ਪੜ੍ਹੋਗੇ ਜਸਵੰਤ ਸਿੰਘ ਹੁਣਾਂ ਨੂੰ ਪੜ੍ਹੋਗੇ ਤਾਂ ਉਹ ਪੰਜ ਚੌਂਕੀਆਂ ਦਾ ਨਾਮ ਦਿੰਦੇ ਨੇ ਸਵੇਰ ਦੀ ਪਹਿਲੀ ਆਸਾ ਦੀ ਵਾਰ ਦੀ ਚੌਂਕੀ ਫਿਰ ਬਿਲਾਵਲ ਦੀ ਚੌਂਕੀ ਫਿਰ ਚਰਨ ਕਮਲ ਦੀ ਚੌਂਕੀ ਫਿਰ ਸੋਦਰ ਦੀ ਚੌਂਕੀ ਤੇ ਲਾਸਟ ਕਲਿਆਣ ਦੀ ਚੌਂਕੀ ਮਹਾਨ ਕੋਸ਼ ਦੇ ਵਿੱਚ ਚਾਰ ਚੌਂਕੀਆਂ ਦਾ ਜ਼ਿਕਰ ਕੀਤਾ ਗਿਆ ਪਰ ਅਸੀਂ ਗੱਲ ਕਰਨੀ ਹੈ ਕਿ ਜਿਹੜੀਆਂ ਅੱਜ ਪ੍ਰਭਾਤ ਫੇਰੀਆਂ ਅਸੀਂ ਕੱਢਦੇ ਹਾਂ ਇਹਨਾਂ ਦਾ ਪਿਛੋਕੜ ਕੀ ਸੀ ਸਾਨੂੰ ਸਮਝਣਾ ਪਵੇਗਾ ਇਹਦੇ ਸਾਡੇ ਕੋਲ ਇਤਿਹਾਸ 'ਚ ਦੋ ਪ੍ਰਮਾਣ ਮਿਲਦੇ ਨੇ ਪਹਿਲਾ ਪ੍ਰਮਾਣ ਤੇ ਮਿਲਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਆਪਣੇ ਸਾਂਡੂ ਭਾਈ ਸਾਈਂ ਦਾਸ ਜੀ ਦੇ ਕੋਲ ਡਰੋਲੀ ਚਲੇ ਗਏ ਮਾਲਵੇ ਦੇ ਵਿੱਚ ਨਗਰ ਹੈ ਡਰੋਲੀ ਤੇ ਕਾਫੀ ਸਮਾਂ ਉੱਥੇ ਜਾ ਕੇ ਉਹਨਾਂ ਨੇ ਵਿਸ਼ਰਾਮ ਕੀਤਾ ਤੇ ਜਿਹੜੀਆਂ ਇੱਥੇ ਸੰਗਤਾਂ ਸੀ ਉਹ ਉਹਨਾਂ ਦੇ ਵਿਛੋੜੇ ਦੇ ਵਿੱਚ ਬਹੁਤ ਹੀ ਜ਼ਿਆਦਾ ਮਯੂਸ ਆਪਣੇ ਆਪ ਨੂੰ ਮਹਿਸੂਸ ਕਰ ਰਹੀਆਂ ਸੀ ਤੇ ਉਹਨਾਂ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਗੁਰੂ ਸਾਹਿਬ ਕਾਫੀ ਸਮੇਂ ਤੋਂ ਮਾਲਵੇ 'ਚ ਜਾ ਕੇ ਰਹਿ ਰਹੇ ਨੇ ਉਹ ਅੰਮ੍ਰਿਤਸਰ ਨਹੀਂ ਆ ਰਹੇ ਤੇ ਸਾਡਾ ਦਰਸ਼ਨ ਕਰਨ ਨੂੰ ਦਿਲ ਕਰਦਾ ਬਾਬਾ ਬੁੱਢਾ ਜੀ ਨੇ ਚਿੱਠੀ ਲਿਖੀ ਉਹ ਜਿਹੜੀ ਲਿਖਤ ਪੱਤਰੀ ਸੀਗੀ ਲਿਖੀ ਹੋਈ ਚਿੱਠੀ ਗੁਰੂ ਸਾਹਿਬ ਨੂੰ ਭੇਜੀ ਗਈ ਤੇ ਗੁਰੂ ਸਾਹਿਬ ਦਾ ਜਿਹੜਾ ਵਾਪਸੀ ਜਵਾਬ ਆਇਆ ਪਤਾ ਕੀ ਸੀ ਕਿ ਜਦੋਂ ਵੀ ਗੁਰੂ ਮਿਲਣੇ ਨੂੰ ਮਨ ਲੋਚਦਾ ਹੋਵੇ ਤੇ ਮਨ ਉਦਾਸ ਹੋਵੇ ਤੇ ਉਦੋਂ ਸੰਗਤ ਨੇ ਇਕੱਠੀਆਂ ਹੋ ਕੇ ਜਾਂ ਤੁਰਦਿਆਂ ਫਿਰਦਿਆਂ ਸ਼ਬਦ ਕੀਰਤਨ ਕਰਨਾ ਉਹਦੇ ਨਾਲ ਕਾਰਨ ਕੀ ਸੀ ਇੱਕ ਤਾਂ ਤੁਸੀਂ ਸ਼ਬਦ ਪੜੋਗੇ ਮਨ ਕਰਕੇ ਸਚੇਤ ਰਹੋਗੇ ਦੂਜਾ ਸ਼ਬਦ ਪੜ੍ਹਦਾ ਤੁਸੀਂ ਜਾਗਦੇ ਰਹੋਗੇ ਕਿਉਂਕਿ ਅਕਾਲ ਤਖਤ ਸਾਹਿਬ ਦੇ ਉਸ ਵੇਲੇ ਅੰਮ੍ਰਿਤਸਰ ਦੇ ਉੱਪਰ ਹਮਲੇ ਹੋਣੇ ਵੀ ਸ਼ੁਰੂ ਹੋ ਗਏ ਸੀ ਤੁਸੀਂ ਤਨ ਕਰਕੇ ਵੀ ਸਚੇਤ ਰਹੋਗੇ ਤੁਸੀਂ ਮਨ ਕਰਕੇ ਵੀ ਸੁਚੇਤ ਰਹੋਗੇ
ਇਸ ਕਰਕੇ ਇੱਥੋਂ ਇਹਨਾਂ ਚੌਂਕੀਆਂ ਦੀ ਆਰੰਭਤਾ ਹੋਈ। ਫਿਰ ਦੂਜੀ ਅਹਿਮ ਗੱਲ ਸੀ, ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਕੈਦ ਨੇ, ਹੁਣ ਜਦੋਂ ਗਵਾਲੀਅਰ ਦੇ ਵਿੱਚ ਕਿਲ੍ਹੇ 'ਚ ਕੈਦ ਨੇ ਤੇ ਉਦੋਂ ਵੀ ਜਿਹੜੀਆਂ ਸਿੱਖ ਸੰਗਤਾਂ ਨੇ ਉਹ ਦਰਸ਼ਨ ਦੀਦਾਰੇ ਕਰਨ ਵਾਸਤੇ ਜਾਂਦੀਆਂ ਨੇ ਤੇ ਜਿਸ ਕਿਲ੍ਹੇ ਦੇ ਵਿੱਚ ਕੈਦ ਨੇ ਉਹਦੇ ਆਲੇ ਦੁਆਲੇ ਪਰਿਕਰਮਾ ਕਰਕੇ ਆ ਜਾਂਦੀਆਂ ਨੇ ਕਿ ਸਾਡਾ ਗੁਰੂ ਇਸ ਅਸਥਾਨ ਦੇ ਉੱਪਰ ਨਜ਼ਰਬੰਦ ਕੀਤਾ ਹੋਇਆ। ਹੁਣ ਉਹ ਜਦੋਂ ਸੰਗਤਾਂ ਜਾਂਦੀਆਂ ਸੀ ਤੇ ਉਹਨਾਂ ਸਮਿਆਂ ਦੇ ਵਿੱਚ ਨਾ ਤਾਂ ਫੋਨ, ਨਾ ਅਖਬਾਰ, ਨਾ ਕੋਈ ਟੈਲੀਗ੍ਰਾਮ, ਨਾ ਕੋਈ ਚਿੱਠੀ ਪੱਤਰ ਦਾ ਕੋਈ ਵਧੀਆ ਤਰੀਕਾ। ਉਹਨਾਂ ਸਮਿਆਂ ਦੇ ਵਿੱਚ ਤਰੀਕਾ ਕੀ ਸੀ ਕਿ ਮੰਨ ਲਓ ਤੁਹਾਡਾ ਨਗਰ ਹੈ, ਤੁਹਾਡੇ ਪਿੰਡ ਦੇ ਵਿੱਚੋਂ ਅਗਲੀ ਸੰਗਰਾਂਦ ਨੂੰ ਗਵਾਲੀਅਰ ਜੱਥਾ ਜਾਣਾ, ਤੁਹਾਡੀ ਪਿੰਡ ਦੀ ਸੰਗਤ ਨੇ ਪ੍ਰਸ਼ਾਦ ਤਿਆਰ ਕੀਤਾ ਤੇ ਗੁਰੂ ਦੇ ਸ਼ਬਦ ਪੜ੍ਹਦੇ ਹੋਏ ਅਗਲੇ ਪਿੰਡ ਚਲੇ ਗਏ, ਉੱਥੇ ਸੰਗਤ ਨੂੰ ਇਕੱਤਰ ਕੀਤਾ, ਸ਼ਬਦ ਪੜ੍ਹੇ, ਜਾਣ ਦੀ ਜਾਣਕਾਰੀ ਦਿੱਤੀ, ਪ੍ਰਸ਼ਾਦ ਵਰਤਾਇਆ ਤੇ ਵਾਪਸ ਆ ਗਏ, ਅਗਲੀ ਸੰਗਤ ਜਿਹੜੀ ਅਗਲੇ ਨਗਰ ਚਲੀ ਗਈ। ਇਹਦਾ ਮਤਲਬ ਕਿ ਜਿਸ ਖਾਸ ਮਿੱਥੇ ਹੋਏ ਸਮੇਂ ਦੇ ਉੱਪਰ ਕਿਸੇ ਅਸਥਾਨ ਦੇ ਉੱਪਰ ਕੂਚ ਕਰਨਾ ਹੁੰਦਾ ਸੀ ਉਹ ਇੱਕ ਨਗਰ ਤੋਂ ਦੂਜੇ ਨਗਰ ਤੱਕ ਜਾਣਕਾਰੀ ਚਲੀ ਜਾਂਦੀ ਸੀ, ਤੁਸੀਂ ਉਸ ਤੋਂ ਬਾਅਦ ਕਿਸੇ ਹੋਰ ਨਗਰ ਚਲੇ ਗਏ, ਉਹ ਅਗਲੇ ਨਗਰ ਚਲੇ ਗਏ ਤੇ ਉਸ ਦਿਨ ਤੱਕ ਸੰਗਤਾਂ ਨੂੰ ਇਹ ਜਾਣਕਾਰੀ ਪਹੁੰਚ ਜਾਂਦੀ ਸੀ ਕਿ ਇਸ ਦਿਨ ਇਸ ਅਸਥਾਨ ਤੋਂ ਗਵਾਲੀਅਰ ਦੇ ਕਿਲ੍ਹੇ ਦੇ ਵਾਸਤੇ ਜੱਥਾ ਚੱਲਣਾ। ਫਿਰ ਉਸ ਤੋਂ ਬਾਅਦ ਆ ਗਿਆ ਸਾਡਾ 18ਵੀਂ ਸਦੀ ਦਾ ਸਮਾਂ, ਜਦੋਂ ਸਾਡੇ ਸਿਰਾਂ ਦੇ ਮੁੱਲ ਪੈਂਦੇ ਸੀ, ਉਹਦੇ ਬਾਵਜੂਦ ਵੀ ਆਪਣੇ ਗੁਰੂ ਸਾਹਿਬਾਨ ਦੇ ਪੁਰਬ ਮਨਾਏ ਜਾਂਦੇ ਸੀ। ਫਿਰ ਕੀ ਕੀਤਾ ਜਾਂਦਾ ਸੀ, ਉਦੋਂ ਵੀ ਸਿੱਖ ਜਿਹੜੇ ਸੀ ਉਹ ਸਵੇਰੇ ਅੰਮ੍ਰਿਤ ਵੇਲੇ ਇਕੱਠੇ ਹੁੰਦੇ, ਪ੍ਰਸ਼ਾਦ ਤਿਆਰ ਕਰਾਉਂਦੇ ਤੇ ਗੁਰੂ ਸਾਹਿਬ ਦੀ ਬਾਣੀ ਦੇ ਵਿੱਚੋਂ ਕੀਰਤਨ ਕਰਦੇ ਹੋਏ ਦੂਜੇ ਪਿੰਡ ਜਾਂਦੇ ਤੇ ਉਹਨਾਂ ਨੂੰ ਉੱਥੇ ਸੂਚਨਾ ਦੇ ਦਿੰਦੇ ਕਿ ਗੁਰੂ ਸਾਹਿਬ ਦਾ ਆਹ ਦਿਹਾੜਾ ਮਨਾ ਰਿਹਾ ਤੇ ਅਸੀਂ ਇਸ ਦਿਨ ਇਹ ਦਿਹਾੜਾ ਮਨਾ ਰਹੇ। ਇੱਕ ਸੂਚਨਾ ਦੇਣ ਦਾ ਤਰੀਕਾ ਹੁੰਦਾ ਸੀ। ਔਰ ਮੈਂ ਕਹਿੰਦਾ ਕਿ ਅੱਜ ਵੀ ਜੇਕਰ ਅਸੀਂ ਪ੍ਰਭਾਤ ਫੇਰਨੀਆਂ ਕੱਢਣੀਆਂ ਨੇ, ਅਸੀਂ ਉਹਨਾਂ ਘਰਾਂ 'ਚ ਹੀ ਜਾਂਦੇ ਹਾਂ ਨਾ ਜਿੱਥੇ ਖਾਣ ਹੀ ਜਾਂਦੇ ਹਾਂ ਜਾਂ ਫਿਰ ਜਿੱਥੇ ਆਲਰੇਡੀ ਸਿੱਖ ਪਰਿਵਾਰ ਹੀ ਹੁੰਦਾ ਹੈ। ਅੱਜ ਦੇ ਸਮੇਂ 'ਚ ਇਹਦੀ ਸਾਰਥਿਕਤਾ ਨੂੰ ਤਾਂ ਬਹਾਲ ਰੱਖਿਆ ਜਾ ਸਕਦਾ, ਅਸੀਂ ਪ੍ਰਸ਼ਾਦ ਤਿਆਰ ਕਰੀਏ, ਅਸੀਂ ਗੁਰੂ ਕਾ ਜਸ ਗਾਉਂਦੇ ਹੋਏ ਉਹਨਾਂ ਪਰਿਵਾਰਾਂ 'ਚ ਜਾਈਏ ਜਿੱਥੇ ਸਿੱਖੀ ਹੈ ਹੀ ਨਹੀਂ, ਖਾਣ ਨਾ ਜਾਈਏ ਬਲਕਿ ਸ਼ਬਦ ਸਮਝਾਉਣ ਵਾਸਤੇ ਜਾਈਏ। ਹੁਣ ਮੈਨੂੰ ਤੁਹਾਡੇ ਪਿੰਡ ਦਾ ਤਾਂ ਪਤਾ ਨਹੀਂ, ਸਾਡੇ ਪਿੰਡ ਤਾਂ ਬੀਬੀਆਂ ਘਰੋਂ ਹੀ ਲਿਫਾਫਾ ਲੈ ਕੇ ਤੁਰਦੀਆਂ ਨੇ ਪੇਚ ਸਮਾਨ ਪਾ ਕੇ ਲੈ ਕੇ ਆਉਣਾ, ਮੈਨੂੰ ਤੁਹਾਡੇ ਦਾ ਨਹੀਂ ਪਤਾ, ਮੈਨੂੰ ਆਪਣੇ ਪਿੰਡ ਦਾ ਪਤਾ। ਤੇ ਫਿਰ ਸਵੇਰੇ ਸਵੇਰੇ ਬਾਣੀ ਨਹੀਂ ਪੜ੍ਹੀ ਜਾਂਦੀ, ਨਾ ਜੀ ਨਾ, ਇਹ ਪੜ੍ਹਨਾ ਸਾਨੂੰ ਬੜਾ ਔਖਾ ਲੱਗਦਾ ਕਿ ਜੋ ਤੋ ਪ੍ਰੇਮ ਖਿਲਣ ਕਾ ਚਾਹੋ ਸਿਰ ਧਰ ਤਲੀ, ਪੜ੍ਹਨਗੀਆਂ ਢੋਲਕੀਆਂ ਛਾਣੇ ਦਾ ਲੰਘਣਾ ਜੇ ਯਾਰ ਦੀ ਗਲੀ ਸਿਰ ਧਰ ਕੇ ਤਲੀ ਦੇ ਉੱਤੇ ਆ ਜਾ, ਪਤਾ ਨਹੀਂ ਕਿਵੇਂ ਕਿਵੇਂ ਦੀਆਂ ਸਵੇਰੇ 4 ਵਜੇ ਤਰਜ। ਸੋ ਇਹਦਾ ਕਹਿਣ ਤੋਂ ਭਾਵ ਕਿ ਇਸ ਚੀਜ਼ ਦੀ ਸਾਰਥਿਕਤਾ ਨੂੰ ਸਮਝੀਏ। ਅੱਜ ਦੇ ਸਮੇਂ ਦੇ ਵਿੱਚ ਜੇ ਅਸੀਂ ਸਵੇਰੇ ਉੱਠਣਾ ਵੀ ਹੈ, ਗੁਰੂ ਜਸ ਗਾਉਣਾ ਵੀ ਹੈ ਤੇ ਸ਼ਬਦ ਦਾ ਗਾਇਨ ਕਰੀਏ, ਅਸੀਂ ਸੰਗਤ ਨੂੰ ਗੁਰੂ ਦੀ ਬਾਣੀ ਦਾ ਉਪਦੇਸ਼ ਸਮਝਾਉਣ ਵਾਸਤੇ ਜਾਈਏ, ਨਾ ਕਿ ਖਵਾਉਣ ਜਾਂ ਖਵਾਉਣ ਪਿਆਉਣ ਵਾਸਤੇ ਜਾਈਏ। ਅਸੀਂ ਕਿਤੇ ਨਾ ਕਿਤੇ ਆਪਣੇ ਧਰਮ ਦੇ ਵਿਰਸੇ ਦੇ ਇਸ ਸਾਰੇ ਦਾਇਰੇ ਨੂੰ ਸਮਝਣ ਦਾ ਯਤਨ ਕਰੀਏ। ਸੋ ਆਖਰੀ ਬੇਨਤੀ ਮੇਰੀ ਹੁਣ ਛੋਟੇ ਛੋਟੇ ਬੱਚਿਆਂ ਨੂੰ, ਕਿਉਂਕਿ ਵਕਤ ਮੇਰਾ ਸਮਾਪਤ ਹੋ ਗਿਆ, ਦਿੱਤੇ ਵਕਤ ਦੇ ਮੁਤਾਬਕ ਬਹੁਤ ਮਿਹਨਤ ਕੀਤੀ ਹੈ ਤੁਸੀਂ, ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਕਿ ਤੁਸੀਂ ਇੰਨੀਆਂ ਬਾਣੀਆਂ ਕੰਠ ਕੀਤੀਆਂ ਨੇ ਬੱਚੀਆਂ ਨੇ ਅਤੇ ਬੱਚਿਆਂ ਨੇ, ਇਹ ਬਹੁਤ ਜ਼ਰੂਰੀ ਹੁੰਦਾ ਹੈ। ਪਰ ਜੇਕਰ ਤੁਸੀਂ ਇਸ ਸਾਰੀ ਪ੍ਰਕਿਰਿਆ ਨੂੰ ਆਪਣੀ ਜ਼ਿੰਦਗੀ 'ਚ ਜਾਰੀ ਰੱਖਣਾ, ਤਾਂ ਕਦੀ ਵੀ ਮਨ ਦੇ ਵਿੱਚ ਇਹ ਗੱਲ ਨਾ ਆ ਜਾਵੇ ਕਿ ਮੈਂ ਬਹੁਤ ਕੁਝ ਸਿੱਖ ਲਿਆ ਜਾਂ ਮੈਂ ਬਹੁਤ ਬਾਣੀ ਕੰਠ ਕਰ ਲਈ, ਇਹ ਸਾਡੇ ਮਨ ਦੇ ਵਿੱਚ ਕਦੀ ਨਾ ਆ ਜਾਵੇ। ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਨੂੰ ਸਮਰਪਿਤ ਹੈ ਤੇ ਉਹਨਾਂ ਦੇ ਜੀਵਨ ਦੇ ਵਿੱਚੋਂ ਤੁਹਾਨੂੰ ਇੱਕ ਉਦਾਹਰਣ ਦਿੱਤਾ। ਗੁਰੂ ਨਾਨਕ ਸਾਹਿਬ ਜਿਸ ਵੇਲੇ ਮੱਟਨ ਗਏ, ਜਿੱਥੇ ਅੱਜ ਗੁਰਦੁਆਰਾ ਮੱਟਨ ਸਾਹਿਬ ਹੈ ਕਸ਼ਮੀਰ ਦੇ ਵਿੱਚ, ਹੁਣ ਉਸ ਗੁਰਦੁਆਰੇ ਦਾ ਮੰਦਰ ਵਾਲਿਆਂ ਦੇ ਨਾਲ ਝਗੜਾ ਵੀ ਚੱਲ ਰਿਹਾ, ਉੱਥੇ ਕਿਸੇ ਸਮੇਂ ਪੰਡਿਤ ਬ੍ਰਹਮ ਦੱਤ ਰਹਿੰਦਾ ਸੀ। ਬ੍ਰਹਮ ਦੱਤ ਨੂੰ ਬੜਾ ਅਹੰਕਾਰ ਸੀ ਆਪਣੀ ਵਿੱਦਿਆ ਦਾ ਕਿ ਮੈਂ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਹੋਈਆਂ। ਮੈਂ ਆਰੰਭ ਦੇ ਵਿੱਚ ਕਿਹਾ ਸੀ ਨਾ ਕਿ ਥੋੜ੍ਹਾ ਜਿਹਾ ਪੜ੍ਹਨ ਤੋਂ ਬਾਅਦ ਕਈ ਵਾਰੀ ਸਾਡੇ ਮਨ 'ਚ ਵੀ ਅਹੰਕਾਰ ਆ ਜਾਂਦਾ ਕਿ ਇੱਕ ਕਿਤਾਬ ਜਦੋਂ ਪੜ੍ਹ ਲਈਦੀ ਤਾਂ ਲੋਕਾਂ ਦੇ ਨਾਲ ਜਾਣ ਬੁੱਝ ਕੇ ਬੈਸਣ ਦੇ ਪੰਗੇ ਲਈਦੇ ਵੀ ਮੇਰੇ 'ਚ ਨਾ ਤਾਂ ਗਿਆਨ ਹੀ ਕਿਸੇ ਨੂੰ, ਪਰ ਜਦੋਂ ਬਹੁਤ ਪੜ੍ਹ ਲਈਦਾ ਨਾ ਫਿਰ ਪਤਾ ਲੱਗਦਾ ਵੀ ਇਹਦਾ ਤਾਂ ਕੋਈ ਅੰਤ ਹੀ ਨਹੀਂ, ਸਾਡੇ ਕੋਲ ਤਾਂ ਕੁਝ ਵੀ ਨਹੀਂ। ਔਰ ਸਭ ਜਾਣਿਓ ਸਾਡੇ ਕੋਲ ਸਭ ਕੁਝ ਇਸ ਕਰਕੇ ਹੈ
कि सानू गुरदेव पातशाह ने एक उपदेश बड़ा वधिया दे दिता गुरु गोबिंद सिंह महाराज वो पता की है अन्न मत्तां दे ग्रंथ पढ़न तुसी हर धर्म का ग्रंथ पढ़ सकते हो पर निश्चा गुरु ग्रंथ ते रखना निश्चा असी साहिब श्री गुरु ग्रंथ साहिब महाराज के उपर रखना है पर असी किसी भी धर्म का कोई भी ग्रंथ जानकारी वास्ते पढ़ सकते हैं मैनू भी पढ़ना पैंदा है क्योंकि मैं वख वख कौमां दे इतिहासां दा इस कंपैरेटिव एनालिसिस दे विच तुलनात्मक अध्ययन च जिक्र करना पैंदा है तां मैनू वेद भी पढ़ने पैंदे ने मैनू बाइबल भी पढ़नी पैंदी है मैनू मुकद्दस कुरान शरीफ भी पढ़नी पैंदी है सो गुरु साहब ने साडे वास्ते किन्ना वड्डा राह खोल दिता नहीं तो कोई समा पता किवें दा सी जिस वेले जिहड़ा इबन अमर सी इस्लाम दा इक जरनैल होया जिसने खलीफे उमर के कहण के उपर अलैगजेंडरिया के उपर हमला किया तो उस समय कहिंदे अलैगजेंडरिया की जिहड़ी लाइब्रेरी है दुनिया की सब तो वड्डी सी दुनिया की सब तो वड्डी लाइब्रेरी बर्बाद कर दित्ती गई तो जदों बर्बाद करन तो बाद उहनूं कारण पुछिया ने की है किसी ने कहा होगा भी कारण की है भी इन्नियां किताबां साड़ दित्तियां बर्बाद कर दित्तियां कहिंदा कि इस लाइब्रेरी के विच कुरान शरीफ सी ਤਾਂ ਉਹਨੂੰ ਜਵਾਬ ਮਿਲਦਾ ਹੈ ਕਿ ਕੁਰਾਨ ਸ਼ਰੀਫ ਹੋ ਸਕਦਾ ਜ਼ਰੂਰ ਹੋਵੇਗੀ ਜੇ ਬਾਕੀ ਕਿਤਾਬਾਂ ਨੇ ਅਤੇ ਕਹਿੰਦਾ ਕਿ ਜੇ ਇਸ ਲਾਇਬ੍ਰੇਰੀ ਦੇ ਵਿੱਚ ਕੁਰਾਨ ਸ਼ਰੀਫ ਸੀ ਨਾ ਅਤੇ ਉਹਦੇ ਹੁੰਦਿਆਂ ਸਾਨੂੰ ਬਾਕੀ ਕੁਛ ਪੜ੍ਹਨ ਦੀ ਲੋੜ ਹੀ ਨਹੀਂ ਮੈਂ ਤਾਂ ਸਾੜ ਦਿੱਤੀਆਂ ਅਤੇ ਜੇਕਰ ਉਹ ਨਹੀਂ ਸੀ ਹੈਗੀ ਫਿਰ ਇਹ ਕਿਤਾਬਾਂ ਉਹਦੇ ਵਿਰੋਧ ਦੇ ਵਿੱਚ ਹੋਣਗੀਆਂ ਮੈਂ ਤਾਂ ਵੀ ਸਾੜ ਦਿੱਤੀਆਂ ਇਹਦਾ ਮਤਲਬ ਕਿ ਧਰਮਾਂ ਦੇ ਇਤਿਹਾਸ ਨੂੰ ਪੜ੍ਹਨ ਨੂੰ ਲੈ ਕੇ ਵੀ ਕਿਸੇ ਸਮੇਂ ਕਈ ਧਰਮਾਂ ਦੇ ਵਿੱਚ ਕਿੰਨਾ ਤੰਗ ਨਜ਼ਰੀਆ ਸੀ ਤੇ ਸਾਨੂੰ ਗੁਰਦੇਵ ਪਾਤਸ਼ਾਹ ਨੇ ਕਿੰਨੀ ਬਖਸ਼ਿਸ਼ ਕੀਤੀ ਕਿ ਆਪਣਾ ਨਿਸ਼ਚਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਰੱਖਣਾ ਤੇ ਤੁਸੀਂ ਕਿਸੇ ਵੀ ਧਰਮ ਦੇ ਇਤਿਹਾਸ ਨੂੰ ਫਲਸਫੇ ਨੂੰ ਕਿਤਾਬ ਨੂੰ ਪੜ੍ਹ ਸਕਦੇ ਪਰ ਪੜ੍ਹਨ ਦਾ ਅਹੰਕਾਰ ਨਾ ਆਵੇ ਜਿਹੜੀ ਗੱਲ ਮੈਂ ਬੱਚਿਆਂ ਨਾਲ ਕਰ ਰਿਹਾ ਕਿ ਮਨ ਦੇ ਵਿੱਚ ਕੁਛ ਵੀ ਪੜ੍ਹਨ ਤੋਂ ਬਾਅਦ ਕਦੀ ਇਹ ਨਹੀਂ ਸੋਚ ਲੈਣਾ ਕਿ ਜੋ ਕੁਛ ਅਸੀਂ ਪੜ੍ਹ ਲਿਆ ਸ਼ਾਇਦ ਸਭ ਤੋਂ ਵੱਧ ਪੜ੍ਹ ਲਿਆ ਇਹਦੇ ਤੋਂ ਵੱਧ ਕੋਈ ਨਹੀਂ ਜਾਣਦਾ ਗੁਰੂ ਨਾਨਕ ਸੱਚੇ ਪਾਤਸ਼ਾਹ ਜਿਸ ਵੇਲੇ ਗਏ ਨੇ ਬ੍ਰਹਮਦੱਤ ਦੇ ਕੋਲ उसने सारे ही अपने चार वेद छे शास्त्र अठारह पुराण सताई सिमरतियां बवंजा उपनिषद एक गायत्री मंत्र इन्हां दी कुल गिणती 108 बनती है जिस तरह तुसी वड्डे होवोगे जदों ते जदों तुसी प्लस टू करन तो बाद मैडिकल एंट्रेंस का टैसट पास करोगे तुसी 5 साल दे विच मैडिकल की डिग्री करोगे फिर तुसी अपने नाम दे अगे MBBS लिख सकते हो अगे होर मास्टर डिग्री करोगे सर्जरी दे विच जां मेडिसिन दे विच फिर MS या MD लिख सकते हो इस तरह पुराने समयां दे विच जिहड़ा व्यक्ति हिंदू धर्म के इन्हां 108 ग्रंथां का अध्ययन कर लैंदा सी वह अपने नाम के अगे 108 लिख सकता सी ये सारे संस्कृत के ग्रंथ ने जिन्हां च चार वेद छे शास्त्र 18 पुराण 27 सिमरतियां 52 उपनिषद ते इक गायत्री मंत्र ते हुण ते आ ਪੰਜਾਬ 'ਚ ਜਾ ਕੇ ਵੇਖ ਲਓ ਜਿਹਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ ਉਹਦੇ ਵੀ ਡੇਰੇ ਅੱਗੇ ਲਿਖਿਆ ਹੁੰਦਾ 108 ਬ੍ਰਹਮ ਗਿਆਨੀ ਬਾਬਾ ਫਲਾਣਾ ਸਿੰਘ ਜੀ ਕਈਆਂ ਨੇ ਤਾਂ 1008 ਵੀ ਲਿਖ ਦਿੱਤਾ ਉਹ ਪਤਾ ਨਹੀਂ ਕਿੱਥੋਂ ਆ ਗਿਆ 1,08,000 ਵੀ ਕਰ ਦਿੱਤਾ ਕਈਆਂ ਨੇ ਉਹ ਪਤਾ ਹੀ ਨਹੀਂ ਕਿੱਥੋਂ ਆ ਗਿਆ ਖੈਰ ਗੁਰੂ ਨਾਨਕ ਸੱਚੇ ਪਾਤਸ਼ਾਹ ਜਦੋਂ ਉਸਦੇ ਕੋਲ ਗਏ ਤਾਂ ਉਸ ਨੂੰ ਆਪਣੇ ਗਿਆਨ ਅਤੇ ਪੜ੍ਹੀਆਂ ਕਿਤਾਬਾਂ ਦਾ ਬੜਾ ਅਹੰਕਾਰ ਸੀ ਕਿ ਮੇਰੇ ਕੋਲ ਬਹੁਤ ਗਿਆਨ ਹੈ ਅਤੇ ਗੁਰੂ ਨਾਨਕ ਸਾਹਿਬ ਨੇ ਪਤਾ ਕੀ ਗੱਲ ਕਹੀ ਸੀ ਸਿਰਫ ਇੱਕ ਗੱਲ ਨਾਨਕ ਲੇਖੇ ਇੱਕ ਗੱਲ ਹੋਰ ਹਉਮੈ ਚਖਣਾ ਚਾਕ ਬ੍ਰਹਮ ਦੱਤ ਤੇਰੀਆਂ ਇਹਨਾਂ ਪੜ੍ਹੀਆਂ ਹੋਈਆਂ ਕਿਤਾਬਾਂ ਦਾ ਕੋਈ ਲਾਭ ਨਹੀਂ ਜੇਕਰ ਇਹਨਾਂ ਕਿਤਾਬਾਂ ਦੇ ਵਿੱਚੋਂ ਗਿਆਨ ਪ੍ਰਾਪਤ ਕਰਕੇ ਤੂੰ ਇੱਕ ਪਰਮਾਤਮਾ ਦੇ ਨਾਲ ਨਹੀਂ ਜੁੜਿਆ ਜੇ ਮਨ ਵਿਕਾਰਾਂ ਦੇ ਵਿੱਚ ਅਹੰਕਾਰ ਦੇ ਵਿੱਚ ਤੇ ਪੜ੍ਹਨ ਦਾ ਲਾਭ ਕੀ ਹੈ ਸੋ ਉਹ ਗੁਰੂ ਨਾਨਕ ਸਾਹਿਬ ਦਾ ਸਿੱਖ ਬਣ ਗਿਆ ਅੱਗੋਂ ਉਹਦਾ ਬੇਟਾ ਸੀ ਨਰਾਇਣ ਦੱਤ ਨਰਾਇਣ ਦੱਤ ਦਾ ਬੇਟਾ ਸੀ ਅੜੂ ਰਾਮ ਅਤੇ ਅੜੂ ਰਾਮ ਦਾ ਬੇਟਾ ਸੀ ਕਿਰਪਾ ਰਾਮ ਜਿਹੜਾ ਕਸ਼ਮੀਰ ਦੇ ਪੰਡਤਾਂ ਨੂੰ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਆਇਆ ਅਤੇ ਉਹਦਾ ਹੀ ਇਹ ਪੜਪੋਤਰਾ ਕਿਰਪਾ ਰਾਮ ਦੱਤ ਸੀ ਜਿਹੜਾ ਅੰਮ੍ਰਿਤ ਛੱਕ ਕੇ ਕਿਰਪਾ ਸਿੰਘ ਬਣਦਾ ਹੈ ਅਤੇ ਚਮਕੌਰ ਦੀ ਗੜੀ ਦੇ ਵਿੱਚ 40 ਸਿੰਘਾਂ ਦੇ ਵਿੱਚ ਸ਼ਹੀਦ ਹੁੰਦਾ ਸੋ ਕਾਹਦੇ ਕਰਕੇ ਕਿਉਂਕਿ ਉਹਨੇ ਗੁਰੂ ਸਾਹਿਬ ਦੇ ਕੋਲੋਂ ਇਹ ਗੱਲ ਸਮਝ ਲਈ ਵੀ ਪੜ੍ਹਨ ਦਾ ਅਹੰਕਾਰ ਨਹੀਂ ਕਰਨਾ ਜੇਕਰ ਪੜ੍ਹਨ ਦਾ ਸੁਭਾਗ ਪ੍ਰਾਪਤ ਹੋਇਆ ਤਾਂ ਗਿਆਨ ਲੈਣ ਦਾ ਯਤਨ ਕਰਨਾ ਹੈ ਸੋ ਦਿੱਤੇ ਹੋਏ ਵਕਤ ਤੋਂ ਮੈਂ ਥੋੜ੍ਹਾ ਜਿਹਾ ਸਮਾਂ ਵੱਧ ਲੈ ਗਿਆ ਇੰਨੀਆਂ ਬੇਨਤੀਆਂ ਪ੍ਰਵਾਨ ਫਤਿਹ ਦੀ ਸਾਂਝ ਸਤਿਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ
वाहेगुरु जी की फतेह।